ਮੋਗਾ ਦੀ ਕੋਟਕਪੂਰਾ ਬਾਈਪਾਸ ਤੇ ਉਸ ਸਮੇਂ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਕ ਮੋਟਰਸਾਈਕਲ ਤੇ ਆ ਰਹੇ ਭਰਾ ਭੈਣ ਦੀ ਇੱਕ ਕਾਰ ਦੇ ਨਾਲ ਟੱਕਰ ਹੋ ਗਈ। ਇਸ ਟੱਕਰ ਕਾਰਨ ਵਾਪਰੇ ਭਿਆਨਕ ਹਾਦਸੇ 'ਚ ਬਾਈਕ ਤੇ ਸਵਾਰ 19 ਸਾਲਾ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਦਿਲਬਾਗ ਸਿੰਘ ਬੁਰੀ ਤਰ੍ਹਾਂ ਤੋਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਪਰਿਵਾਰ ਦੇ ਜਾਣਕਾਰ ਅਤੇ SHO ਨੇ ਦੱਸਿਆ ਕਿ ਦਿਲਬਾਗ ਸਿੰਘ ਆਪਣੀ ਭੈਣ ਸੁਖਪ੍ਰੀਤ ਕੌਰ ਦੇ ਨਾਲ ਸ਼ਹਿਰ 'ਚ ਨੌਕਰੀ ਲਈ ਫਾਰਮ ਭਰਨ ਲਈ ਗਿਆ ਸੀ ਕਿ ਆ ਹਾਦਸਾ ਵਾਪਰ ਗਿਆ। ਸਾਡੇ ਵਰਕਰ ਹੈ ਜੀ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਸਤਨਾਮ ਸਿੰਘ, ਉਹਨਾਂ ਦਾ ਬੇਟਾ ਦਿਲਬਾਗ ਸਿੰਘ ਅਤੇ ਉਹਨਾਂ ਦੀ ਬੇਟੀ ਸੁਖਪ੍ਰੀਤ ਕੌਰ ਚੜਿੱਕ ਤੋਂ ਮੋਗਾ ਆ ਰਹੇ ਸੀਗੇ ਫਾਰਮ ਭਰਨ ਵਾਸਤੇ। ਜਦੋਂ ਇਹ ਸੰਧੂ ਵਾਲੇ ਮੋੜ 'ਤੇ ਕੁਸ਼ਟ ਆਸ਼ਰਮ ਕੋਲ ਪਹੁੰਚੇ ਆ ਅਤੇ ਕੋਟਕਪੁਰੇ ਪਾਸੋਂ ਇੱਕ ਵਰਨਾ ਕਾਰ ਆ ਰਹੀ ਸੀ ਜੋ ਬਹੁਤ ਹੀ ਤੇਜ਼ ਅਤੇ ਰਫ ਚਲਾ ਰਿਹਾ ਸੀਗਾ, ਉਹ ਟੱਕਰ ਮਾਰ ਕੇ ਉਹ ਭੱਜ ਗਿਆ। ਉਹਨਾਂ ਦੇ ਵਿੱਚ ਬੇਟਾ ਉਹਨਾਂ ਦਾ ਜਿਹੜਾ ਹੈਗਾ ਉਹ ਫੱਟੜ ਹੈਗਾ, ਉਹ ਲੜਕੀ ਦੀ ਮੌਤ ਹੋ ਚੁੱਕੀ ਹੈ। ਉਮਰ ਕਿੰਨਾ ਪਤਾ ਹੈ? ਬੇਟਾ ਦੀ ਉਮਰ 18 ਸਾਲ ਹੈਗੀ ਹੈ ਜੀ, ਲੜਕੀ ਦੀ ਉਮਰ ਹੈਗੀ 20 ਸਾਲ। ਇਹਦੀ ਮੋਗਾ ਕੋਟਕਪੂਰਾ ਬਾਈਪਾਸ 'ਤੇ ਐਕਸੀਡੈਂਟ ਹੋਇਆ 11:30 ਵਜੇ ਦੀ ਗੱਲ ਹੈ। ਜਦੋਂ ਸਾਡੇ ਕੋਲ ਜੋ ਇਨਫੋਰਮੇਸ਼ਨ ਆਈ ਹੈ ਕਿ ਉਹਨਾਂ ਵਿੱਚੋਂ ਇੱਕ ਦੋਨੇ ਬ੍ਰਦਰ ਸਿਸਟਰ ਸੀਗੇ ਅਤੇ ਲੜਕੀ ਦੀ ਡੈਥ ਬਰੋਡ ਡੈਡ ਹੈ। ਉਹਦਾ ਨਾਮ ਸੀ ਸੁਖਪ੍ਰੀਤ ਕੌਰ ਅਤੇ ਉਹਨਾਂ ਦੇ ਪਿਤਾ ਦਾ ਨਾਮ ਸਤਨਾਮ ਸਿੰਘ ਅਤੇ ਜਿਹੜਾ ਲੜਕਾ ਉਹ ਇੰਜਰਡ ਆਇਆ ਉਹਦਾ ਨਾਮ ਸੀ ਦਿਲਬਾਗ ਸਿੰਘ ਸਨ ਆਫ ਸਤਨਾਮ ਸਿੰਘ ਅਤੇ ਲੜਕੀ ਦੀ ਏਜ 19 ਈਅਰ ਸੀ ਅਤੇ ਲੜਕੀ ਦੀ 18 ਸਾਲ। ਲੜਕੀ ਬਰੋਡ ਡੈਡ ਆਈ ਹੈ ਜਿੱਥੇ? ਲੜਕੀ ਬਰੋਡ ਡੈਡ ਆਈ ਹੈ, ਕਾਰ ਅਤੇ ਬਾਈਕ ਦਾ ਐਕਸੀਡੈਂਟ ਹੋਇਆ। ਦੱਸ ਦਈਏ ਕਿ ਨਿੱਤ ਦਿਨ ਵੱਧਦੇ ਜਾ ਰਹੇ ਸੜਕੀ ਹਾਦਸਿਆਂ 'ਤੇ ਕਾਬੂ ਪਾਉਣ ਦੇ ਚੱਲਦੇ ਹੀ ਸਰਕਾਰ ਵੱਲੋਂ ਵਾਹਨ ਚਾਲਕਾਂ ਲਈ ਕਾਫ਼ੀ ਜ਼ਿਆਦਾ ਸਖ਼ਤ ਕਾਨੂੰਨ ਬਣਾਏ ਜਾ ਰਹੇ ਹਨ ਤਾਂ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਾਹਨ ਚਾਲਕ ਘੱਟੋ ਘੱਟ ਆਪਣੀ ਅਤੇ ਦੂਜਿਆਂ ਦੀ ਜਾਨ ਦੀ ਪਰਵਾਹ ਕਰਦੇ ਹੋਏ ਸਹੀ ਢੰਗ ਨਾਲ ਵਾਹਨ ਚਲਾਉਣ। ਪਰ ਉਸ ਦੇ ਬਾਵਜੂਦ ਵੀ ਹਾਦਸਿਆਂ 'ਚ ਕਮੀ ਨਹੀਂ ਆ ਰਹੀ ਹੈ ਅਤੇ ਨਿੱਤ ਦਿਨ ਅਜਿਹੇ ਹਾਦਸੇ ਸਾਹਮਣੇ ਆਉਂਦੇ ਰਹਿੰਦੇ ਹਨ। ਜਗਬਾਣੀ TV ਲਈ ਮੋਗਾ ਤੋਂ ਬਿਊਰੋ ਰਿਪੋਰਟ।